ça, je fais faire une sorte de tonda sariana. Alors, si je suis quand même bon, c'est un peu qui qu'un gros chez Jolana. ਇਸ ਤਰ੍ਹਾਂ ਇੱਕ ਧਾਗਾ ਲੈਣਾ ਆਪਾਂ ਔਰ ਤੁਸੀਂ ਇਹਨੂੰ ਇੱਥੋਂ ਗੰਢ ਵੀ ਲਗਾ ਸਕਦੇ ਹੋ ਲੇਕਿਨ ਗੰਢ ਨਹੀਂ ਲਗਾਉਣੀ ਹੈ ਤਾਂ ਇਸ ਤਰ੍ਹਾਂ ਧਾਗੇ ਨੂੰ ਪਕੜ ਕੇ ਇੱਕ ਹੋਲ ਦੀ ਤਰ੍ਹਾਂ ਬਣਾ ਲੈਣਾ ਔਰ ਇਸ ਸਾਈਡ ਵਾਲਾ ਜੋ ਲੈਫਟ ਹੈਂਡ ਸਾਈਡ ਵਾਲਾ ਜੋ ਹੈ ਧਾਗਾ ਇਹਨੂੰ ਤੁਸੀਂ ਉਂਗਲ 'ਤੇ ਲਪੇਟ ਲੈਣਾ ਪਕੜਿਆ ਔਰ ਕਰੋਸ਼ੀਆ ਤੁਸੀਂ ਲੈ ਕੇ ਇਹਨੂੰ ਇਹਦੇ ਵਿੱਚ ਦੀ ਲੰਘਾ ਲੈਣਾ ਇਹਨੂੰ ਛੱਡ ਦਿਆਂਗੇ ਆਪਾਂ ਇਹਦਾ ਲੋਕ ਬਣ ਗਿਆ ਬਿਲਕੁਲ ਇਸ ਤਰ੍ਹਾਂ ਕਰੋਸ਼ੀਆ ਧਾਗੇ ਦੇ ਵਿੱਚ ਦੀ ਅਗਲੀ ਸਾਈਡ ਤੋਂ ਵੱਲ ਲਗਾ ਕੇ ਕਰੋਸ਼ੀਏ ਦੇ ਉੱਪਰ ਹੋਲ ਵਿੱਚ ਨਹੀਂ ਲੰਘਾਉਂਦੇ ਜਾਣੇ ਔਰ ਇਹ ਚੇਨ ਪਿੱਛੇ ਰੈਡੀ ਹੁੰਦੀ ਜਾਏਗੀ ਜਿਸ ਉਂਗਲ ਦੇ ਉੱਪਰ ਧਾਗਾ ਚੜਾਇਆ ਹੋਇਆ ਉਹਨੂੰ ਜ਼ਰਾ ਟਾਈਟ ਨਹੀਂ ਕਰਨਾ ਢਿੱਲਾ ਚੁੱਟਣਾ ਬਿਲਕੁਲ ਦੇਖੋ ਆਪਣੀ ਚੇਨ ਰੈਡੀ ਹੋ ਗਈ ਹੈ ਈਜ਼ੀ ਬਹੁਤ ਹੁੰਦੇ ਆ ਕਰੋਸ਼ੀਆ ਚਲਾਉਣਾ ਇਸ ਤਰ੍ਹਾਂ ਖੁੱਲ੍ਹੇ ਖੁੱਲ੍ਹੇ ਕੁੰਡੇ ਬਣਾਉਂਦੇ ਜਾਵਾਂਗੇ ਆਪਾਂ ਕਿਉਂਕਿ ਜੋ ਬੇਸਿਕ ਤੋਂ ਸ਼ੁਰੂ ਕਰਦੇ ਹਾਂ ਤਾਂ ਇਹਦੇ 'ਚ ਥੋੜ੍ਹਾ ਅਗਰ ਕੱਸ ਕੇ ਬਣਾਉਂਦੇ ਹਾਂ ਗੋਟੇ ਆਪਾਂ ਤਾਂ ਫਿਰ ਅਗਲਾ ਡਿਜ਼ਾਈਨ ਬਣਾਉਣ 'ਚ ਥੋੜ੍ਹੀ ਮੁਸ਼ਕਿਲ ਹੁੰਦੀ ਆ ਸੋ ਇਸ ਤਰ੍ਹਾਂ ਬਿਲਕੁਲ ਚੇਨ ਰੈਡੀ ਹੋ ਗਈ ਆਪਣੀ ਹੁਣ ਇਸ ਤੋਂ ਅੱਗੇ ਤੁਹਾਨੂੰ ਦੱਸਦੀ ਹਾਂ ਮੈਂ ਇਹਦਾ ਡਿਜ਼ਾਈਨ ਕਿਵੇਂ ਪਾਉਣਾ ਸ਼ੁਰੂ ਕਰਨਾ ਬਿਲਕੁਲ ਸਿੰਪਲ ਇਸੇ ਤਰ੍ਹਾਂ ਹੀ ਵੱਲ ਲਗਾ ਕੇ ਕਰੋਸ਼ੀਆ ਦੇ ਉੱਪਰ ਕਿਸੇ ਵੀ ਇੱਕ ਕੁੰਡੇ 'ਚੋਂ ਰੈਡੀ ਹੋਏ ਆ ਉਹਦੇ ਵਿੱਚ ਦੀ ਆਪਾਂ ਕਰੋਸ਼ੀਆ ਲੰਘਾ ਲੈਣਾ ਔਰ ਵੱਲ ਲਗਾ ਕੇ ਫਿਰ ਕਰੋਸ਼ੀਆ ਵਾਪਸ ਹੁਣ ਇੱਕ ਕੁੰਡਾ ਦੋ ਕੁੰਡੇ ਇਹਨਾਂ ਤੋਂ ਲੰਘਾ ਕੇ ਫਿਰ ਇੱਕ ਵਾਰ ਫਿਰ ਵੱਲ ਲਗਾਇਆ ਕਰੋਸ਼ੀਆ ਨੂੰ ਲਓ ਜੀ ਆਪਣਾ ਇੱਕ ਰੈਡੀ ਹੋ ਗਿਆ ਡਿਜ਼ਾਈਨ ਬਣਨਾ ਇਸ ਤਰ੍ਹਾਂ ਕਰਕੇ ਅਸੀਂ ਬਾਕੀ ਵੀ ਕੁੰਡਿਆਂ ਦੇ ਵਿੱਚ ਦੀ ਕਰੋਸ਼ੀਆ ਲੰਘਾ ਕੇ ਉਹਨਾਂ ਦੇ ਡਿਜ਼ਾਈਨ ਰੈਡੀ ਕਰਾਂਗੇ ਇਹ ਡਿਜ਼ਾਈਨ ਕੁਛ ਇਸ ਤਰ੍ਹਾਂ ਬਣੇਗਾ ਬਿਲਕੁਲ ਸਿੰਪਲ ਜੋ ਬੇਸਿਕ ਸਟੈਪ ਹੈ ਮੈਂ ਉਹ ਦੱਸ ਰਹੀ ਹਾਂ ਤੁਹਾਨੂੰ ਔਰ ਉਸ ਤੋਂ ਬਾਅਦ ਫਿਰ ਕਦੀ ਡਿਜ਼ਾਈਨ ਵਾਲੀ ਵੀਡੀਓ ਵੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਕਰੋਸ਼ੀਏ ਦਾ ਸਭ ਤੋਂ ਜੋ ਸਿੰਪਲ ਡਿਜ਼ਾਈਨ ਹੈ ਉਹ ਇਸ ਤਰ੍ਹਾਂ ਰੈਡੀ ਹੋਏਗਾ ਬਿਲਕੁਲ ਸਿੰਪਲ